ਕਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਪੰਜਾਬ ਪੁਲਿਸ ਲੋਕਾਂ ਦੀ ਮਦਦਗਾਰ ਬਣ ਰਹੀ ਹੈ, ਉੱਥੇ ਹੀ ਮੌੜ ਮੰਡੀ ਵਿਖੇ ਇੱਕ ASI ਨੇ ਪੰਜਾਬ ਪੁਲਿਸ ਦੀ ਵਰਦੀ ਨੂੰ ਦਾਗਦਾਰ ਕੀਤਾ ਹੈ। ਦਰਅਸਲ ਮੌੜ ਮੰਡੀ ਪੁਲਿਸ ਨੇ ਇੱਕ ਵਿਅਕਤੀ ਸਮੇਤ ASI 'ਤੇ ਚੂਰਾ ਪੋਸਟ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ASI 1 'ਤੇ ਇੱਕ ਨੌਜਵਾਨ ਗੱਡੀ ਵਿੱਚ ਚੂਰਾ ਪੋਸਟ ਲੈ ਕੇ ਜਾ ਰਹੇ ਸਨ ਤਾਂ ਇੱਕ ਪਿੰਡ ਵਿੱਚ ਲੱਗੇ ਠੀਕਰੀ ਪਹਿਰੇ ਦੌਰਾਨ ਉਹਨਾਂ ਨੂੰ ਘੇਰ ਕੇ ਉਹਨਾਂ ਤੋਂ ਚੂਰਾ ਪੋਸਟ ਬਰਾਮਦ ਕੀਤਾ ਗਿਆ, ਜਿਸ 'ਤੇ ਮੌੜ ਮੰਡੀ ਪੁਲਿਸ ਨੇ ਕਾਰਵਾਈ ਕਰਦਿਆਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੱਲ੍ਹ ਸ਼ਾਮ ਨੂੰ ਸਾਨੂੰ ਇਤਲਾਹ ਮਿਲੀ ਕਿ ਜੋਧਪੁਰ ਪਾਖੜ ਠੀਕਰੀ ਪਹਿਰੇ 'ਚ ਕੋਈ ਮਾਮਲਾ ਹੈ, ਅਰਜੈਂਟ ਪੁਲਿਸ ਪਾਰਟੀ ਭੇਜੋ। ਉਹਦੇ ਬਾਅਦ ਸਾਡੇ ਡਿਊਟੀ ਅਫਸਰ ਹੈੱਡ ਕੋਂਸਟੇਬਲ ਰਾਮ ਸਿੰਘ ਜੀ ਪੁਲਿਸ ਪਾਰਟੀ ਨਾਲ ਉੱਥੇ ਪਹੁੰਚੇ। ਉੱਥੇ ਇੱਕ ਗੱਡੀ ਖੜ੍ਹੀ ਹੋਈ ਸੀਗੀ ਹਰਿਆਣੇ ਨੰਬਰ ਦੀ, ASI ਮੰਦਰ ਸਿੰਘ ਜੀ ਸੀਗੇ ਔਰ ਇੱਕ ਪਿੰਡ ਦਾ ਬੰਦਾ ਸੀਗਾ ਜਿਹੜੇ ਸ਼ੱਕੀ ਸੀਗੇ। ਉਹਨਾਂ ਦੀ ਪੁੱਛਤਾਛ ਕੀਤੀ ਗਈ, ਉਹਨਾਂ ਨੂੰ ਥਾਣੇ ਲੈ ਕੇ ਆਏ ਔਰ ਗੱਡੀ ਦੇ ਵਿੱਚ ਵੇਖੇਗਾ ਤੋ 750 ਗ੍ਰਾਮ ਬੁੱਗੀ ਡੋਡੇ ਚੂਰਾ ਮਿਲਿਆ ਗਿਆ। ਉਹਦੇ ਬਾਅਦ ਅਸੀਂ ਬਣਦੀ ਕਾਰਵਾਈ ਕਰੀ ਹੈ ਔਰ ASI ਮੰਦਰ ਸਿੰਘ ਅਤੇ ਉਹਨਾਂ ਨੂੰ ਸਪਲਾਈ ਕਰਨ ਵਾਲਾ ਜਿਹੜਾ ਪਿੰਡ ਦਾ ਬੰਦਾ ਹੈ ਉਹਨਾਂ ਨੂੰ ਅਸੀਂ ਅਰੈਸਟ ਕਰ ਲਿਆ, ਮਾਮਲਾ ਦਰਜ ਕਰ ਲਿਆ। ਉਹ ਕਿੱਥੋਂ ਲੈ ਕੇ ਆਇਆ ਹੈ ਪਿੰਡ ਦਾ ਜਿਹੜਾ ਬੰਦਾ ਹੈ ਉਹਦੀ ਪੁੱਛਗਿੱਛ ਬਾਕੀ ਹੈ, ਜਿਹੜਾ ਜਿੱਥੋਂ ਲੈ ਕੇ ਆਇਆ ਹੈ ਉਹਨੂੰ ਵੀ ਅਸੀਂ ਤਲਾਸ਼ ਕਰ ਰਹੇ ਹਾਂ ਔਰ ਉਹਨੂੰ ਵੀ ਕੇਸ ਦੇ ਵਿੱਚ ਨਾਮਜ਼ਦ ਕਰਕੇ ਜਲਦੀ ਅਰੈਸਟ ਉਹਨਾਂ ਦੀ ਪਾਵਾਂਗੇ। ਠੀਕ, ਥੈਂਕ ਯੂ।